पंजाब राजभवन की तरफ से धरना देने जा रहे शिरोमणि अकाली दल के नेताओं को चंडीगढ़ पुलिस की तरफ से गिरफ्तार कर लिया गया। अकाली दल के वरिष्ठ नेता बलविंदर सिंह बूधड़ और पूर्व मंत्री विक्रम सिंह मजीठिया के नेतृत्व में पार्टी नेता राजभवन के आगे धरना देने के लिए इकट्ठा एक साथ मार्च करते हुए जा रहे थे, लेकिन उन्हें पहले ही चंडीगढ़ पुलिस की तरफ से गिरफ्तार कर सेक्टर 3 के थाने ले जाया गया, जहां बाद में उन्हें रिहा कर दिया गया। मौके पर मीडिया के साथ बातचीत करते हुए बूधड़ और मजेठिया ने कहा कि शराब मामलों में पंजाब सरकार को तुरंत बर्खास्त किया जाए और पीड़ित परिवारों को 25-25 लाख रुपए मुआवजा और परिवार के एक सदस्य को सरकारी नौकरी दी जाए। अकाली नेताओं ने कहा कि अब यह स्पष्ट हो गया कि मुख्यमंत्री ही जहरीली शराब ट्रेजेडी के लिए सीधे तौर पर जिम्मेदार हैं, इसलिए उन्होंने नाजायज शराब के व्यापार में लगे कांग्रेसियों और डिस्टिलरी मकान मालिकों के खिलाफ कोई कार्रवाई नहीं की। ਅੱਜ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਕਿ ਸਾਡੀਆਂ ਇਹ ਮੰਗਾਂ ਜੋ ਬਹੁਤ ਦੇਰ ਤੋਂ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਔਰ ਕਤਲਾਂ ਦੇ ਕੇਸ ਦਰਜ ਕੀਤੇ ਜਾਣ ਔਰ ਜੋ ਧੱਕਾ ਹੋਇਆ ਦੇਖੋ 2000 ਕਰੋੜ ਰੁਪਏ ਤੋਂ ਵੱਧ ਦਿੱਲੀ ਸੋਨੀਆ ਗਾਂਧੀ ਅਤੇ ਉਹਨਾਂ ਦੀ ਪਾਰਟੀ ਨੂੰ ਇਹ ਨਜਾਇਜ਼ ਸ਼ਰਾਬ ਦਾ ਦਿੱਤਾ ਗਿਆ। ਇਹ ਇਹਦੀ ਜਾਂਚ ਹੋਣੀ ਚਾਹੀਦੀ ਆ, ED ਨੂੰ ਫਾਈਲਾਂ ਜਾਣੀਆਂ ਚਾਹੀਦੀਆਂ ਨੇ ਔਰ ਇਹ ਧੱਕਾ ਅੱਜ ਗਵਰਨਰ ਸਾਹਿਬ ਨੂੰ ਅਸੀਂ ਆਪਣੀ ਅਰਜ਼ੀ ਲੈ ਕੇ ਗਏ ਹਾਂ, ਸਾਨੂੰ ਮਿਲਣ ਤੱਕ ਨਹੀਂ ਜਾਣ ਦਿੱਤਾ ਗਿਆ। ਸੋ ਇਹ ਤਾਂ ਧੱਕਾ, ਇਹ ਤਾਂ ਵੱਡਾ ਨਿਆਂ ਕੀ ਹੋ ਸਕਦਾ। ਔਰ ਪੰਜਾਬ ਦੇ ਪੰਚਾਇਤੀ ਜ਼ਮੀਨਾਂ 'ਤੇ ਕਰੋੜਾਂ ਰੁਪਏ ਹੜੱਪ ਰਹੀ ਆ। ਆਸਰੀ ਹੋਏਗਾ ਔਰ ਸਾਡਾ ਸੰਘਰਸ਼ ਜਾਰੀ ਰਹੇਗਾ ਜਿੰਨੀ ਦੇਰ ਤੱਕ ਅਸੀਂ ਸਰਕਾਰ ਨੂੰ ਬਰਤਰਫ ਕੀਤਾ ਜਾਵੇ ਔਰ ਕਤਲਾਂ ਦੇ ਕੇਸ ਦਰਜ ਹੋਣ। ਕੱਲ ਮੁੱਖ ਮੰਤਰੀ ਸਾਹਿਬ ਤਰਨ ਤਾਰਨ ਜਾ ਕੇ ਆਏ ਨੇ, ਕਿਸੇ ਪੀੜਤ ਪਰਿਵਾਰ ਨੂੰ ਮਿਲ ਕੇ ਆਏ, ਇੱਕ ਪੀੜਤ ਪਰਿਵਾਰ ਨੂੰ ਮਿਲ ਕੇ ਨਹੀਂ ਆਏ, ਨਾ ਕਿਸੇ ਦੋਸ਼ੀ ਤੇ ਮੁਕੱਦਮਾ ਕਤਲ ਦਾ ਚੱਲਿਆ, ਸਿਰਫ ਪੋਚਾ ਪੋਚੀ ਕਰਕੇ ਆਏ ਨੇ। ਇਹ ਪੋਚਾ ਪੋਚੀ ਨਹੀਂ ਚੱਲਣੀ ਮੁੱਖ ਮੰਤਰੀ ਸਾਹਿਬ ਨੂੰ ਔਰ ਅਸਤੀਫਾ ਦੇਣਾ ਪਏਗਾ। ਔਰ ਜਿਹੜਾ 2000 ਕਰੋੜ ਰੁਪਏ ਸੋਨੀਆ ਗਾਂਧੀ ਨੂੰ ਨਜਾਇਜ਼ ਸ਼ਰਾਬ ਵੇਚਣ ਦਾ ਭੇਜਿਆ, ਉਹਦੀ ਸੱਚ ਸਾਹਮਣੇ ਲਿਆਉਣਾ ਪਏਗਾ। ED ਨੂੰ ਸਾਰੇ ਮਸਲੇ ਦੀਆਂ ਫਾਈਲਾਂ ਦੇਣੀਆਂ ਪੈਣਗੀਆਂ।
ਔਰ ਅਸੀਂ ਇਹ ਸੰਘਰਸ਼ ਆਹ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਮੰਤਰੀ ਕਰਾਉਣ ਲੱਗੇ ਨੇ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ, ਇਹ ਜ਼ਮੀਨਾਂ ਦੇ ਕਬਜ਼ੇ ਜੇ ਬੰਦ ਨਾ ਕਰੇ ਮੰਤਰੀਆਂ ਵੱਲੋਂ ਤਾਂ ਪੰਜਾਬ ਦੇ ਵਿੱਚ ਬਹੁਤ ਵੱਡਾ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖੇ। ਅਸੀਂ ਪੂਰਾ ਪੰਜ ਬੰਦਿਆਂ ਨੂੰ ਅਸੀਂ ਇਕੱਲੇ ਇਕੱਲੇ ਲੈ ਕੇ ਆਏ ਹਾਂ ਔਰ ਅਸੀਂ ਪੂਰਾ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ। ਪੁਲਿਸ ਕਿਉਂ ਰੋਕ ਰਹੀ ਆ, ਸਾਨੂੰ ਜਾਣ ਤੋਂ ਕਿਉਂ ਰੋਕਦੀ ਆ ਪੁਲਿਸ? ਅਸੀਂ ਆਪਣੀ ਅਰਜ਼ੀ ਵੀ ਨਹੀਂ ਦੇ ਸਕਦੇ, ਅਸੀਂ ਜਮਹੂਰੀ ਤਰੀਕੇ ਨਾਲ ਆਪਣੀ ਗੱਲ ਵੀ ਨਹੀਂ ਕਹਿ ਸਕਦੇ। ਔਰ ਮੁੱਖ ਮੰਤਰੀ ਸਾਹਿਬ ਕੱਲ੍ਹ ਤਰ ਤਰ ਜਾ ਕੇ ਆਏ ਨੇ ਤੇ ਇੱਕ ਮੁਕੱਦਮਾ ਕਤਲ ਦਾ ਚਲਾਇਆ ਉਹਨਾਂ ਨੇ, ਕੋਈ 5 ਰੁਪਏ ਰਿਕਵਰੀ ਕਰਾਈ ਆ। ਔਰ ਸੀਬੀਆਈ ਦੀ ਕਿਉਂ ਨਹੀਂ ਜਾਂਚ ਕਰਾ ਰਹੇ? ਸੀਬੀਆਈ ਦੀ ਜਾਂਚ ਤੇ ਸੱਚ ਸਾਹਮਣੇ ਆਵੇ, ਈਡੀ ਨੂੰ ਤਾਂ ਫਾਈਲਾਂ ਦਿੱਤੀਆਂ ਜਾਣ। ਅਸੀਂ ਗਵਰਨਰ ਸਾਹਿਬ ਤੋਂ ਹੀ ਮੰਗ ਕਰਨ ਆਏ ਹਾਂ ਕਿ ਈਡੀ ਦੇ ਹਵਾਲੇ ਫਾਈਲਾਂ ਹੋਣ ਤਾਂ ਕਿ ਸੱਚ ਸਾਹਮਣੇ ਆਵੇ ਕਿ ਸੋਨੀਆ ਗਾਂਧੀ ਨੂੰ ਜਿਹੜਾ 2000 ਕਰੋੜ ਰੁਪਇਆ ਦਿਆ ਉਹ ਕਿਹਦੇ ਰਾਹੀਂ ਦਿਆ, ਕਿੱਥੋਂ ਗਿਆ? ਇਹ ਨਜਾਇਜ਼ ਸ਼ਰਾਬ ਵੇਚਣ ਦਾ ਪੈਸਾ ਜਿਹੜਾ ਹੈ ਉਹ ਪੈਸਾ ਲੋਕਾਂ ਦੀ ਕਮਾਈ ਦਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੰਘਿਆ। ਅੱਜ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇਂ, ਬੈਲ ਆਇਕਨ ਕਾ ਬਟਨ ਦਬਾਏਂ ਔਰ ਦੇਖੇਂ ਤਾਜ਼ਾ ਅਪਡੇਟਸ ਔਰ ਕਮੈਂਟ ਬਾਕਸ ਮੇਂ ਅਪਨੇ ਮੂਲਯਵਾਨ ਸੁਝਾਅ।